ਤੇ ਫਾਈਨਲੀ ਪਾਪੜ ਸਾਡੇ ਹੋ ਗਏ ਨੇ ਤਿਆਰ। ਅਸਲਾਮੁ ਅਲੈਕੁਮ ਰਹਿਮਤੁਲਲਾਹਿ ਵਬਰਕਾਤੁਹ। ਕੀ ਹਾਲ ਚਾਲ ਹੈ ਸਾਰਿਆਂ ਦਾ? ਉਮੀਦ ਕਰਨਾ ਤੁਸੀਂ ਸਾਰੇ ਹੈਰੀ ਤਰ੍ਹਾਂ ਲਵੋਗੇ। ਤੇ ਯਾਰ, ਸਵੇਰ ਸਵੇਰ ਦਾ ਟਾਈਮ ਜੇ ਅਜੇ ਹੁਣ ਸੂਰਜ ਤਲੁੰਦਾ ਪਿਆ ਤੇ ਨਾਲ ਧੁੰਦ ਚੈੱਕ ਕਰੋ। ਉੱਤੇ ਉੱਤੇ ਧੁੰਦ ਨਹੀਂ ਆਇਆ, ਥੱਲੇ ਥੱਲੇ ਧੁੰਦ ਬਸ। ਤੇ ਇਸ ਸਾਈਡ 'ਤੇ ਵੀ ਧੁੰਦ ਚੈੱਕ ਕਰੋ, ਇਸ ਸਾਈਡ 'ਤੇ ਤਾਂ ਧੁੰਦ ਜ਼ਿਆਦਾ ਕਿਉਂਕਿ ਇਸ ਸਾਈਡ 'ਤੇ ਪੈ ਲਈਆਂ ਨੇ, ਅਤੇ ਇਸ ਸਾਈਡ 'ਤੇ ਤਦ ਘੱਟ ਹੈ ਕਿਉਂਕਿ ਇੱਧਰ ਜਿਹੜਾ ਨਾ ਆਬਾਦੀ ਯਾਨੀ ਮਕਾਨ ਵਗੈਰਾ ਨੇ। ਬਾਕੀ ਸਵੇਰ ਸਵੇਰ ਤੁਸੀਂ ਇਹਦੇ ਕੰਮ ਚੈੱਕ ਕਰੋ, ਇਹਨੂੰ ਜਿਹੜਾ ਨਾ ਲੱਤਾਂ ਦੇ ਵਿੱਚ ਘੁੱਸਣ ਦੀ ਸੁਬਾਹ ਸੁਬਾਹ ਆਦਤ ਹੈ। ਇੱਕ ਸਰਦੀ ਬੇਵਾ ਇਹਦੇ ਇੱਕ ਇਹਦੀ ਸਲਾਹ ਹੁੰਦੀ ਹੈ ਕਿ ਸਰਦੀਆਂ ਦੇ ਵਿੱਚ ਮੈਂ ਲੱਤਾਂ ਦੇ ਵਿੱਚ ਹੀ ਬਸ ਸਾਰਿਆਂ ਦੀ ਫਿਰਦੀ ਰਵਾਂ, ਅੱਗੇ ਪਿੱਛੇ ਨਾ ਕਿਧਰੇ ਹੋਵਾਂ। ਇਹਨੇ ਲੱਤਾਂ ਦੇ ਵਿੱਚ ਹੀ ਜਿੰਨੇ ਜਿੰਨੇ ਆਉਣਾ ਨਾ ਇਹਨੇ ਉਹਦੀਆਂ ਲੱਤਾਂ ਦੇ ਵਿੱਚ ਪਿਆ ਘੁੰਮਣਾ ਫਿਰਨਾ। ਯਾਰ ਹੁਣ ਟਾਈਮ ਹੋ ਗਿਆ ਜੇ ਸੁਬਾਹ ਦੇ 7 ਵਜੇ ਦਾ, ਜਾ ਕੇ ਅਸੀਂ ਕਰਨ ਲੱਗੇ ਜੇ ਨਾਸ਼ਤਾ, ਅਤੇ ਨਾਸ਼ਤਾ ਕਰਕੇ ਫਿਰ ਮੁੱਲੇ ਦੀ ਦੌੜ ਸਟਾਰਟ ਹੋ ਚੱਲੀ ਹੈ। ਮੁੱਲੇ ਦੀ ਦੌੜ ਇੱਥੋਂ ਲੈ ਕੇ ਅਤੇ ਆਪਣੇ ਕੰਮ ਤੱਕ, ਅਤੇ ਕੰਮ ਤੋਂ ਲੈ ਕੇ ਅਤੇ ਘਰ ਤੱਕ, ਇਹੀ ਸੀਨ ਅੱਜ ਕੱਲ੍ਹ ਚੱਲਦਾ ਪਿਆ। ਅਤੇ ਹੈਰ ਹੁਣ ਜਾਂਦੇ ਹਾਂ, ਜਾ ਕੇ ਕੱਢਦੇ ਹਾਂ ਪੇਟ ਪੂਜਾ। ਪੇਟ ਪੂਜਾ ਕਰਕੇ ਅਤੇ ਫਿਰ ਜਾ ਕਰਾਂਗੇ ਆਪਣਾ ਕੰਮ, ਅਤੇ ਫਿਰ ਘਰ ਆ ਕੇ ਅਤੇ ਫਿਰ ਵੇਖਾਂਗੇ ਅਤੇ ਫਿਰ ਕਰਾਂਗੇ ਕੰਮ ਦੂਜਾ। ਅੱਛਾ, ਤੁਹਾਨੂੰ ਇੱਕ ਚੀਜ਼ ਦਿਖਾਵਾਂ, ਬਾਏ ਵਨ ਗੈਟ ਵਨ ਫਰੀ। ਇਹਦੇ ਨਾਲ ਨਾਲ ਜਿਹੜਾ ਨਾ ਸਾਨੂੰ ਇਹ ਫਰੀ ਵਿੱਚ ਲੱਭ ਗਈ। ਇਹ ਵੀ ਸੁਬਾਹ ਸੁਬਾਹ ਆ ਜਾਂਦੀ ਹੈ, ਵੈਸੇ ਤਾਂ ਉਹਦੀ ਮਾਂ ਹੈ, ਠੀਕ ਹੈ। ਇਹ ਨਹੀਂ ਪਹਿਲੇ ਆਉਂਦੀ ਹੁੰਦੀ ਅਤੇ ਹੁਣ ਇਹ ਵੀ ਆਉਣ ਲੱਗ ਪਈ ਹੈ। ਅਤੇ ਯਾਰ ਟਾਈਮ ਹੋ ਗਿਆ ਜੇ ਹੁਣ ਸ਼ਾਮ ਦੇ 5:10 ਦਾ, ਜਿਵੇਂ ਮੈਂ ਤੁਹਾਨੂੰ ਸੁਬਾਹ ਪਿਆ ਦੱਸਣਾ ਹਾਂ ਕਿ ਮੁੱਲੇ ਦੀ ਦੌੜ ਕੰਮ ਤੱਕ, ਅਤੇ ਕੰਮ ਤੋਂ ਫਿਰ ਘਰ ਤੱਕ, ਅਤੇ ਸੁਬਾਹ ਹੀ ਨਾਸ਼ਤਾ ਵਗੈਰਾ ਕਰਕੇ ਗਏ ਹਾਂ ਕੰਮ 'ਤੇ, ਠੀਕ ਹੈ। ਅਤੇ ਹੁਣ ਅਸੀਂ ਕੰਮ ਤੋਂ ਵਿਹਲੇ ਹੋ ਗਏ ਅਤੇ ਹੁਣ ਅਸੀਂ ਜਾਂਦੇ ਹਾਂ ਪੇ ਘਰ। ਬਰਹਾਲ ਅੱਜ ਅਸੀਂ ਟੁਰਦੇ ਹੀ ਜਾਂਦੇ ਹਾਂ ਪੇ ਬਾਦਸ਼ਾਹ ਘਰ ਦੇ, ਕਿਉਂਕਿ ਅੱਜ ਸਾਡਾ ਕੰਮ ਜਲਦੀ ਖਤਮ ਹੋ ਗਿਆ ਸੀ ਸ਼ਾਮ ਤੋਂ ਪਹਿਲੇ ਪਹਿਲੇ, ਰਾਤ ਤੋਂ ਪਹਿਲੇ ਪਹਿਲੇ। ਹੁਣ ਤਾਂ ਰਾਤ ਵੀ ਬੜੀ ਜਲਦੀ ਪੈ ਜਾਂਦੀ ਹੈ, ਅੱਗੇ ਰਾਤ ਪੈਂਦੀ ਹੁੰਦੀ ਸੀ ਤਕਰੀਬਨ ਰਾਤੀ 8-9 ਵਜੇ ਹੈ ਸਰਦੀਆਂ ਦੇ ਵਿੱਚ, ਅਤੇ ਆਈਏ 5:15 ਵੀ ਨਹੀਂ ਹੋਏ। ਅਤੇ ਆਹ ਵੇਖੋ ਸ਼ਾਮ ਜਿਹੜਾ ਨਾ ਪੈ ਗਈ, ਸੂਰਜ ਗਰੂਬ ਹੋ ਗਿਆ, ਸ਼ਾਮ ਦੀਆਂ ਅਜ਼ਾਨਾਂ ਹੁੰਦੀਆਂ ਨੇ ਪਈਆਂ। ਹੁਣ ਮੈਂ ਅਤੇ ਮਲਕ ਰਿਆਤ ਅਸੀਂ ਦੋਵੇਂ ਜਣੇ ਜਿਹੜਾ ਨਾ ਆਪਣੇ VIP ਰੋਡ ਤੋਂ ਹੌਲੀ ਹੌਲੀ ਵਾਕ ਕਰਦੇ ਹਾਂ ਆਪਣੀ ਮੰਜ਼ਿਲ ਯਾਨੀ ਆਪਣੇ ਘਰ ਵੱਲ ਜਾਂਦੇ ਹਾਂ ਪੇ। ਅਤੇ ਅਸੀਂ ਫਿਰ ਉਸ ਬੂਟੇ ਦੇ ਕੋਲ ਆ ਗਏ ਹਾਂ ਜਿੱਦਾਂ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਣਾ ਪਿਆ ਕਿ ਜਿਹਨੂੰ ਜਿਹਨੂੰ ਇਸ ਬੂਟੇ ਦੇ ਨਾਂ ਦਾ ਨਹੀਂ ਪਤਾ, ਮੈਂ ਤੁਹਾਨੂੰ ਦੱਸਾਂਗਾ ਆਪਣੀ ਅਗਲੀ ਵੀਡੀਓ ਦੇ ਵਿੱਚ। ਹਾਏ ਨਹੀਂ ਜਵਾਨੀ ਹੈ, ਕਿੱਥੇ ਬਈ ਧੱਕੇ ਖਾਨੀ ਹੈ, ਘੇਰੇ ਟੋਇਆ ਟੱਪਿਆਂ ਦੇ ਵਿੱਚ ਟੁਰਦੀ ਜਾਨੀ ਹੈ। ਲੱਕੜੇ ਆ ਨਾ ਥੋੜ੍ਹਾ ਜਿਹਾ ਸ਼ੁਗਰ ਲਾਈਏ, ਇਹਨੂੰ ਥੋੜ੍ਹਾ ਜਿਹਾ ਛੇੜੀਏ। ਚੱਕ ਕਰ ਬਿੱਤਰਾ ਦੀ ਬੋਲੀ 'ਚ, ਇਹ ਸ਼ਰਮੀਲੀ ਮੈਡਮ ਸ਼ਰਮਾ ਗਈ ਆਪਣੇ ਮੂੰਹ ਦੇ ਅੱਗੇ, ਇੰਜ ਪਿਆ ਰੱਖਦਾ ਜਿਵੇਂ ਪਹਿਲੀ ਵਾਰੀ ਵੀਡੀਓ ਬਣਾਉਣ ਲੱਗਾ, ਇੰਜ ਮੂੰਹ ਪਿਆ ਆਪਣਾ ਛਵਾਉਂਦਾ। ਜਦੋਂ ਮੂਡ ਹੋਇਆ ਤਾਂ ਉਦੋਂ ਆਪੇ ਕਹੇਗਾ ਵੀਡੀਓ ਬਣਾਓ ਮੇਰੇ ਨਾਲ। ਇਹ ਗੂੰਗੇ ਦਾ ਗਾਣਾ, ਗੂੰਗਾ ਆਪਣਾ ਜਦੋਂ ਗਾਣੇ ਬੋਲਦਾ ਹੁੰਦਾ ਨਾ ਕਾਰਖਾਨੇ ਬਹਿ ਕੇ, ਮੈਂ ਕਿਸੇ ਦਿਨ ਤੁਹਾਨੂੰ ਵਹਾਵਾਂਗਾ, ਉਹ ਇੰਜ ਗਾਣੇ ਬੋਲਦਾ। ਟਾਈਮ ਹੋ ਗਿਆ ਹੁਣ ਰਾਤ ਦੇ 8 ਵਜੇ ਦਾ, ਅਤੇ ਰਾਤ ਦੇ 8 ਵਜੇ ਜਿਹੜਾ ਨਾ ਬੈਠਿਆ ਬੈਠੇ ਮੇਰੇ ਦਿਨ ਦੇ ਵਿੱਚ ਇੱਕ ਆਈਡੀਆ ਆਇਆ, ਐਵੇਂ ਜਿਹੜਾ ਨਾ ਕੁਛ ਖਾਣ 'ਤੇ ਦਿਲ ਪਿਆ ਕਰਦਾ ਸੀ, ਅਤੇ ਮੈਂ ਗਿਆ ਹੁਣ ਥੋੜ੍ਹੀ ਦੇਰ ਪਹਿਲੇ ਬਾਜ਼ਾਰ, ਉੱਥੋਂ ਮੈਂ ਲੈ ਕੇ ਆਇਆ ਵਾਂ ਇਹ ਵਾਲੇ ਪਾਪੜ, ਰੰਗ ਬਿਰੰਗੇ ਪਾਪੜ, ਠੀਕ ਹੈ। ਇਹਨਾਂ ਨੂੰ ਜਦੋਂ ਅਸੀਂ ਤੇਲ ਦੇ ਵਿੱਚ ਸੁੱਟਣਾ ਨਾ, ਅਸੀਂ ਇਹਦਾ ਛੋਟੇ ਛੋਟੇ ਨੇ, ਫਿਰ ਇਹਨਾਂ ਨੂੰ ਵੱਡਿਆ ਵੱਡਿਆ ਅਤੇ ਕਰਾਰੇ ਕਰਾਰੇ ਹੋਈ ਜਾਣੇ, ਫਿਰ ਇਹਨਾਂ ਨੂੰ ਖਾਣ ਦਾ ਵੀ ਬੜਾ ਮਜ਼ਾ ਆਉਣਾ। ਅਤੇ ਖੈਰ ਹੁਣ ਮੈਂ ਪਾਪੜ ਬਣਾਉਣ ਲੱਗਾ ਵਾਂ, ਨਾਲੇ ਪਾਪੜਾਂ ਦਾ ਆਪੇ ਵੀ ਝਟਕਾ ਲਾਉਂਦੇ ਹਾਂ, ਨਾਲੇ ਬਾਕੀ ਸਾਰਿਆਂ ਨੂੰ ਇਹਨਾਂ ਦਾ ਝਟਕਾ ਲਵਾਉਂਦੇ ਹਾਂ। ਅਤੇ ਸਭ ਤੋਂ ਪਹਿਲੇ ਇਹਨਾਂ ਵਾਸਤੇ ਕੜਾਹੀ ਫਾੜਨੇ ਆ। ਕੜਾਹੀ ਕਿੱਥੇ ਹੈ? ਦਿਸ ਇਜ਼ ਕੜਾਹੀ। ਇਹਨੂੰ ਤਾਂ ਬੰਦ ਕਰ ਖੜੀਏ, ਕੋਈ ਚੂਹੀ ਛੀ ਨਾ ਵਿੱਚ ਵੜ ਜੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਇਹ ਤੇਲ ਗੰਦਾ ਨਹੀਂ ਹੈ, ਇਹ ਤੇਲ ਅਸੀਂ ਪਕੌੜੇ ਛਕੌੜੇ ਕੱਢਣ ਵਾਸਤੇ ਰੱਖਿਆ, ਅਤੇ ਇਹੀ ਤੇਲ ਜਿਹੜਾ ਨਾ ਹੁਣ ਅਸੀਂ ਪਾਪੜਾਂ 'ਤੇ ਯੂਜ਼ ਕਰਾਂਗੇ, ਅਤੇ ਇਹਦੇ ਵਿੱਚ ਜਿਹੜਾ ਨਾ ਥੋੜ੍ਹਾ ਜਿਹਾ ਦੂਸਰਾ ਤੇਲ ਵੀ ਮਿਕਸ ਕਰ ਲੈਂਦੇ ਹਾਂ ਕਿਉਂਕਿ ਇਹ ਘੱਟ ਹੈ। ਅਤੇ ਹੁਣ ਇਹਨੂੰ ਜਿਹੜਾ ਨਾ 2-3 ਮਿੰਟ ਗਰਮ ਹੋਣ ਦਿੰਦੇ ਹਾਂ, ਜਦੋਂ ਗਰਮ ਹੋਏਗਾ ਨਾ ਅਤੇ ਫਿਰ ਇਹਦੇ ਵਿੱਚ ਅਸੀਂ ਪਾਪੜ ਸੁੱਟਾਂਗੇ ਅਤੇ ਫਿਰ ਪਾਪੜ ਬਣਨਗੇ। ਇਹ ਪਹਿਲੇ ਇੱਕ ਪਾਪੜ ਸੁੱਟ ਕੇ ਚੈੱਕ ਕਰਦੇ ਹਾਂ ਤੇਲ ਗਰਮ ਹੋਇਆ ਜਾਂ ਨਹੀਂ। ਨਹੀਂ, ਅਜੇ ਤਾਂ ਠੰਡਾ। ਬਿਸਮਿਲ੍ਲਾਹ।
देखो मेरी घाड़े घड़ी जेरे मैं पहली बार दे पापड़ कड़े ने सारे पापड़ मैं सार खड़े ने वीडियो के चक्कर दे सारे पापड़ मैं सार के रख खड़े ने पापड़ मैं बिचू कड़े ने अद्धे तो मैं बिचू सार खड़े ने मी तो इन्हों का रंग जरा नहीं तो होना ही पीला पीला तो राड़ा लाल लाल जेड़े काले काले ना सारे सड़ गए बराले खाक चाह कड़ने के बने कैसे ने तो फाइनली पापड़ साढ़े हो गए हैं तैयार या तो फिर जो सड़े सड़े हैं वो सारे थले रह गए हूँ क्योंकि एक ही भरागा सरे है जो सब तो पहले कड़े हैं वो सरे हैं तो मैं सारे तो थले रख खड़े ने ए उत्ते जिन्हें भी ने ना वो सारे सही ने।